ਭਾਈ ਮੱਖੀ ਚ ਮਾਰੇ ਨੇ ਮਾਰੀ ਨਹੀਂ ਡਰਦੇ ਨੇ। ਇਹ ਮਾਮਲਾ ਹੈ ਫਿਰੋਜ਼ਪੁਰ ਦਾ, ਜਿੱਥੇ ਇੱਕ ਵਾਰ ਫਿਰ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਦਿਖੀਆਂ। ਹੁਣੇ ਤੁਹਾਡੇ ਸਾਹਮਣੇ ਤਸਵੀਰਾਂ 'ਚ ਫੱਟੜ ਪਿਆ ਨੌਜਵਾਨ ਹੈ, ਜਿਸ ਦੇ ਉੱਤੇ ਰੰਜਿਸ਼ ਦੇ ਚੱਲਦੇ ਉਸ ਦੇ ਆਪਣੇ ਚਾਚੇ ਦੇ ਮੁੰਡੇ ਨੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਹ ਘਟਨਾ ਵਾਪਰੀ ਫਿਰੋਜ਼ਪੁਰ ਕੈਂਟ ਦੇ ਇਲਾਕੇ 'ਚ, ਜਿੱਥੇ ਜ਼ਖਮੀ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਝਗੜੇ ਪਿੱਛੇ ਉਸ ਦੇ ਆਪਣੇ ਸ਼ਰੀਕੇ 'ਚੋਂ ਲੱਗਦੇ ਚਾਚੇ ਦੇ ਮੁੰਡੇ ਨੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਅਤੇ ਜ਼ਖਮੀ ਨੇ ਬਾਕੀਆਂ ਦੇ ਨਾਮ ਵੀ ਲਏ ਜੋ ਉਸ ਦੇ ਨਾਲ ਵਾਰਦਾਤ 'ਚ ਸ਼ਾਮਿਲ ਸਨ, ਅਤੇ ਮੁੜ ਕੇ ਜ਼ਖਮੀ ਨੌਜਵਾਨ ਨੂੰ ਫਰੀਦਕੋਟ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਮੇਰੇ ਵੀਰੇ ਹਰਚੈਨ ਸਿੰਘ, ਮੈਂ ਬਾਬੇ ਘਰੇ, ਬਾਬੇ ਨੇ ਫੈਰ ਮਾਰੇ, ਮੈਂ ਚਾਚੇ ਆਪਦੇ ਘਰੇ ਆਇਆ ਸੀ, ਇੱਕ ਇੰਦਰ ਸੀ, ਇੱਕ ਗੋਰੀ ਸੀ, ਦੋ ਅੰਨ ਪਛਾਦੇ ਸੀ, ਇਹਨਾਂ ਮੈਨੂੰ ਫੜ ਕੇ ਫੈਰ ਮਾਰਿਆ 32 ਪਿਸਟਲ ਨਾਲ, 315 ਇਹਨਾਂ ਦੇ ਹੱਥ 'ਚ ਸੀ, ਕਹਿੰਦਾ ਸੀ ਵੱਖੀ 'ਚ ਮਾਰੇ ਨੇ ਮਾਰੀ ਨਹੀਂ ਡਰਦੇ ਨੇ ਗੋਰੇ ਨੇ, ਬਾਬੇ ਨੇ ਮੈਨੂੰ ਫੈਰ ਮਾਰਿਆ 32 ਦਾ ਫੜ ਕੇ ਬਾਂਹ 'ਚ। ਕੀ ਰੰਜਿਸ਼ ਕੀ ਸੀ? ਇਹਨਾਂ ਨਾਲ ਪਹਿਲਾਂ ਲਾਗ ਡਾਢ ਸੀ ਸਾਡੀ, ਸ਼ੁਰੂ ਤੋਂ ਲੱਗਦੀ ਸੀ, ਖੈਰ ਭਾਜੀ ਸੀ, ਚਾਚੇ ਤਾਇਆ ਜੀ। ਹਾਂ ਵੀਰੇ। ਤੇ ਬਾਬਾ ਕੌਣ ਵੀਰੇ? ਬਾਬਾ ਸਾਡਾ ਚਾਚੇ ਦਾ ਭਤੀਜਾ ਹੀ ਆ ਸਾਡਾ, ਲੱਗਦਾ ਚਾਚੇ ਦਾ ਮੁੰਡਾ ਹੀ ਆ। ਇਹ ਕਿੱਥੇ ਆ ਕੇ ਗੱਲ ਪਏ ਨੇ? ਸਾਡੇ ਘਰ ਦੇ ਉੱਪਰ ਹੀ ਆ ਕੇ ਗੱਲ ਪਏ, ਸਾਡੀ ਕੋਠੀ ਦੇ ਉੱਪਰ ਹੀ ਪੈ ਗਏ ਸੀ। ਕਿੰਨੇ ਫਾਇਰ ਹੋਏ? ਖੈਰ ਪਤਾ ਹੀ ਨਹੀਂ, ਅੰਨ ਪਛਾਦੇ ਇੰਨਾ ਫਾਇਰ ਕੀਤੇ, ਸਾਡੇ ਘਰੇ ਵੀ ਮਾਰੇ ਆ। ਦੂਜੇ ਪਾਸੇ ਇਸ ਮਾਮਲੇ ਤੇ ਹਸਪਤਾਲ 'ਚ ਡਾਕਟਰਾਂ ਨੇ ਵੀ ਗੋਲੀ ਲੱਗਣ ਦੀ ਪੁਸ਼ਟੀ ਕਰਦੇ ਗੰਭੀਰ ਜ਼ਖਮੀ ਨੌਜਵਾਨ ਨੂੰ ਫਰੀਦਕੋਟ ਹਸਪਤਾਲ ਰੈਫਰ ਕੀਤਾ, ਜਿੱਥੇ ਉਹ ਜ਼ੇਰੇ ਇਲਾਜ ਹੈ। ਪੇਸ਼ੈਂਟ ਗਨ ਸ਼ੋਟ ਦੇ ਨਾਲ ਆਇਆ ਸੀ ਹਰਚਰਨ ਸਿੰਘ ਦਾ, ਤੇ ਪਿੰਡ ਦਾ ਬਾਲਾ ਲਈ ਆਰਐਸ ਕੇ ਨਾਲ ਲੜਾਈ ਹੋਈ ਸੀ, ਤੇ ਪੇਸ਼ੈਂਟ ਨੂੰ ਫਸਟ ਏਡ ਦਿੱਤੀ ਗਈ, ਜਿੰਨੀ ਇੱਥੇ ਜ਼ਰੂਰਤ ਨੂੰ ਲੋੜੀਂਦੀ ਸਹੂਲਤਾਂ ਸਾਰੀ ਦਿੱਤੀ ਗਈ। ਉਸ ਤੋਂ ਬਾਅਦ ਸਾਡੇ ਕੋਲ ਇੱਥੇ ਆਰਥੋਪੀਡੀਸ਼ੀਅਨ ਅਤੇ ਸਰਜਨ ਨਾ ਅਵੇਲੇਬਲ ਹੋਣ ਕਰਕੇ ਪੇਸ਼ੈਂਟ ਨੂੰ ਦੀ ਹਾਲਤ ਸੀਰੀਅਸ ਹੋਈ। ਅੱਜ ਕੱਲ ਦਾ ਦੌਰ ਹੀ ਅਜਿਹਾ ਹੈ ਕਿ ਰੰਜਿਸ਼ਾਂ, ਰਿਸ਼ਤੇਦਾਰੀਆਂ ਖੂਨ ਤੇ ਭਾਰੀ ਪੈ ਜਾਂਦੀਆਂ ਨੇ। ਹੁਣ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਦਿੰਦਾ ਇਹ ਮਾਮਲਾ। ਫਿਰੋਜ਼ਪੁਰ ਤੋਂ ਵੱਬੀ ਖੁਰਾਨਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।